ਸਾਸੰਗ ਜੀ ਵੀ ਆਪਣੇ ਕੋਲ ਜੋ ਚੀਜ਼ਾਂ ਨੇ ਜਿਵੇਂ 10 ਗੁਣਾ ਹੋ ਜਾਣ ਤਾਂ ਕਿਸ ਨੂੰ ਵਧੀਆ ਨਹੀਂ ਲੱਗੇਗਾ ਵੀ ਮੇਰੇ ਕੋਲ ਇੱਕ ਘਾਰੇ ਜੇ 10 ਘਰ ਹੋ ਜਾਣ ਕਿਸ ਨੂੰ ਵਧੀਆ ਨਹੀਂ ਲੱਗੇਗਾ ਮੇਰੇ ਕੋਲ ਇੱਕ ਸਵਾਰੀ ਹੈ ਤੇ ਹਰ ਛੋਟੀ ਵੱਡੀ ਸਵਾਰੀ ਘਰ ਆ ਜਾਵੇ ਕੌਣ ਨਿਚੋਂਦਾ ਏ ਐਵੇਂ ਜਿਹੜਾ ਮੇਰਾ ਨੇ ਦਾਤਾ ਨੇ ਉਹ ਕੌਣ ਨਿਚੋਂਦਾ ਪਾਸ਼ਾ ਦੀ ਵੀ 10 ਗੁਣਾ ਹੋ ਜਾਣ ਪਰ ਇਹ ਕਿਵੇਂ ਹੋ ਸਕਦਾ ਓ ਵਾਹਿਗੁਰੂ ਜੀ ਆਪ ਸਾਨੂੰ ਖੁਸ਼ ਹੋ ਕੇ ਇਹ 10 ਗੁਣਾ ਦਾਤਾ ਪ੍ਰਦਾਨ ਕਰਦੇ ਨੇ ਆਪਣੇ ਵਿੱਚੋਂ ਕਈ ਤਾਂ ਇਹ ਚੀਜ਼ ਲਈ ਸਾਲਾ ਤੋਂ ਅਰਦਾਸ ਕਰ ਕਰ ਥੱਕ ਵੀ ਗਏ ਨੇ ਤੇ ਉਹਨਾਂ ਨੂੰ ਉਹ ਵੀ ਨਹੀਂ ਮਿਲਦੀ ਤੇ ਆਪਾਂ ਗੱਲ ਕਰ ਰਹੇ ਆਂ ਕਿ ਵਾਹਿਗੁਰੂ ਦੀ ਮਿਹਰ ਵੀ ਹੋ ਜਾਵੇ ਤੇ ਉਹ 10 ਗੁਣਾ ਹੋ ਕੇ ਮਿਲੇ ਇਸ ਦਾ ਵਾਹਿਗੁਰੂ ਪਾਸ਼ਾ ਨੇ ਬੜਾਈ ਸੁਖ ਆਰਾਦ ਸੇ ਗੁਰਬਾਣੀ ਦੀ ਇੱਕ ਪੰਕਤੀ ਵਿੱਚ ਬੜਾ ਸੁਖ ਆਰਾ ਦੱਸਿਆ ਜਾਣਦੇ ਆ ਕੀ ਰਾ ਦੱਸਿਆ ਵੇਖੋ ਆਪਾਂ ਨੂੰ ਕਿਸੇ ਕੋਈ ਚੀਜ਼ ਦਿੱਤੀ ਉਹ ਚੀਜ਼ ਆਪਾਂ ਨੂੰ ਬੜੀ ਪਿਆਰੀ ਹੋਵੇ ਪਰ ਦੇਣ ਵਾਲਾ ਆਪਾਂ ਤੋਂ ਮੀਲਾਂ ਦੂਰ ਹੋਵੇ ਪਰ ਜਦੋਂ ਵੀ ਆਪਾਂ ਉਸ ਚੀਜ਼ ਨੂੰ ਵੇਖਾਂਗੇ ਉਸ ਮਨੁੱਖ ਦੀ ਯਾਦ ਉਵੇਂ ਹੀ ਮਨ ਵਿੱਚ ਬਸ ਜਾਵੇਗੀ ਵੈਗਰੂ ਕਹਿੰਦੇ ਗਾਵੇ ਕੋ ਦਾਤ ਜਾਣੇ ਨਿਸ਼ਾ ਜਿੰਨੀਆਂ ਵੀ ਦਾਤਾਂ ਨੇ ਮਨ ਤਨ ਘਰ ਮਾਇਆ ਕਾਰੋਬਾਰ ਸੁੱਖ ਸਹੂਲਤਾ ਔਲਾਦ ਦਾਸ ਇਹ ਪਿਆਰੀਆਂ ਦਾਤਾਂ ਉਸ ਵਾਇਗਰੂ ਜੀ ਦੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਦੀਆਂ ਨਿਸ਼ਾਨੀਆਂ ਨੇ ਵੀ ਜਦੋਂ ਕਰ ਔਲਾਦ ਨੂੰ ਹੱਸਦੇ ਖੇੜਦੇ ਦੇਖੋ ਤਾਂ ਵਾਇਗਰੂ ਅੱਗੇ ਸ਼ੁਕਰਾਨੇ ਲਈ ਸਿਰ ਚੁਕੇ ਦੋ ਸਮੇਂ ਸੋਨਾ ਪ੍ਰਸ਼ਾਦਾ ਮਿਲੇ ਤਾਂ ਪਾਤਸ਼ਾਹ ਅੱਗੇ ਸਿਰ ਚੁਕੇ ਇਹ ਸਭ ਬਰਕਤਾਂ ਜਿੰਨੀਆਂ ਵੀ ਨੇ ਇਹ ਦੋਗਣੀਆਂ ਚੋਗਣੀਆਂ ਕਿਵੇਂ ਕਰਨੀਆਂ ਵਾਇਗਰੂ ਗੁਰਬਾਣੀ ਵਿੱਚ ਫਰਮਾਉਂਦੇ ਨੇ ਤਿਸ ਕੀ ਵਸਤ ਤਿਸ ਅੱਗੇ ਰੱਖੇ ਪ੍ਰਭ ਕੀ ਆਗਿਆ ਤਿੰਨ ਮਾਣੇ ਮਾਥੇ ਖੁਸ਼ੀ-ਖੁਸ਼ੀ ਪਰਵਾਨ ਕਰੋ ਇਹ ਅਵਸਥਾ ਵਿਰਲੀ ਹੁੰਦੀ ਹੈ ਹਰ ਸਮੇਂ ਸ਼ੁਕਰਾਨੇ ਦੀ ਭਾਵਨਾ ਵਿੱਚ ਰਹਿਣਾ ਕਿਹਾ ਜਾਂਦਾ ਹੈ ਜਿਸ ਕਰ ਸ਼ੁਕਰਾਨਾ ਹਰ ਸਮੇਂ ਕੀਤਾ ਜਾਂਦਾ ਹੈ ਉਸ ਕਰੋ ਗਰੀਬੀ ਕੋਹਾਂ ਦੂਰ ਹੋ ਜਾਂਦੀ ਉਹ ਘਰ ਬਰਕਤ ਦਾ ਵਾਸ ਹੋ ਜਾਂਦਾ ਫਿਰ ਆਪਾਂ ਕਿਉਂ ਅਣਜਾਣ ਬੰਦੇ ਆ ਵੀ ਵਾਈਕ੍ਰੂ ਜੀ ਆਪਣੇ ਦੁੱਖ ਨਹੀਂ ਜਾਣਦੇ ਆਪਾਂ ਜਾ ਜਾ ਕੇ ਕਹਿੰਨੇ ਆ ਪਾਤਸ਼ਾਹ ਮੈਨੂੰ ਇਹ ਦੁੱਖ ਦਿੱਤਾ ਵਾਈਕ੍ਰੂ ਤੁਸੀਂ ਮੇਰੇ ਨਾਲ ਆ ਗਲਤ ਕੀਤਾ ਘੱਟ ਤੋਂ ਘੱਟ ਆਪਾਂ ਇਹ ਤਾਂ ਨਹੀਂ ਬੋਲਣਾ ਚਾਹੀਦਾ ਆਪਾਂ ਨੂੰ ਬਸ ਸ਼ੁਕਰਾਨਾ ਕਰਨਾ ਚਾਹੀਦਾ ਜਿਸ ਦੇ صدਕਾ ਆਪਾਂ ਨੂੰ ਬਹੁਤ ਸਾਰੀਆਂ ਵਰਕਤਾਂ ਤੇ ਮਿਹਰਾ ਪ੍ਰਾਪਤ ਹੋਣਗੀਆਂ ਜੇ ਆਪਾਂ ਇੱਕ ਚੀਜ਼ ਪਿੱਛੇ ਵੈਗਰੂ ਜੀ ਨਾਲ ਗਿਲੇ ਸ਼ਿਕਵੇ ਕਰਦੇ ਆਂ ਤੇ 10 ਚੀਜ਼ਾਂ ਹੋਣ ਦੇ ਬਾਵਜੂਦ ਆਪਾਂ ਵੀ ਇੱਕ ਨਹੀਂ ਮਿਲੀ ਤੇ ਉਹਦੇ ਪੱਲੇ ਬਦਲੇ ਗਿਲੇ ਸ਼ਿਕਵੇ 10 ਚੀਜ਼ਾਂ ਹੋਣ ਜੋ ਕੋਲ ਨੇ ਉਹਦੇ ਬਾਵਜੂਦ ਆਪਾਂ ਕਹੀ ਜਾਂਦੇ ਆਂ ਤਾਂ ਫਿਰ ਪਾਤਸ਼ਾਹ ਫਰਮਾਉਂਦੇ ਨੇ 10 ਵਸਤ ਲੈ ਪਾਛੇ ਪਾਏ ਇੱਕ ਵਸਤ ਕਾਰਨ ਖੋਟ ਗਵਾਏ ਜੇ ਇੰਨੀਆਂ ਦਾਤਾ ਵੈਗਰੂ ਜੀ ਨੇ ਦਿੱਤੀਆਂ ਨੇ ਉਹਨਾਂ ਨੂੰ ਤੂੰ ਕਿਉਂ ਨਹੀਂ ਵੇਖ ਰਿਆ ਤੂੰ ਛੋਟੀ ਜੀ ਚੀਜ਼ ਨਹੀਂ ਮਿਲੀ ਉਸਲੇ ਉਲਾਮੇ ਕੱਢੰਦੇ ਐ ਵੀ ਨਾ ਤੇ 10 ਵੀ ਗਿਰਲੇ ਜੇ ਸਾਰੀਆਂ ਦਾਤਾ ਲੈ ਲਿਆ ਫਿਰ ਕੀ ਕਰ ਲੇਗਾ ਪਾਸ਼ਾ ਜੀ ਬਹੁਤ ਦਿਆਲ ਨੇ ਵੈਗਰੂ ਜੀ ਕਹਿੰਦੇ ਨੇ ਤਿਸ ਕੀ ਵਸ ਤਿਸ ਅੱਗੇ ਰੱਖੇ ਤੇ ਆਪ ਕੀ ਆਗਿਆ ਤਿਨ ਮੰਨੇ ਮੱਥੇ ਤੂੰ ਬਸ ਜੋ ਪ੍ਰਮਾਤਮਾ ਨੇ ਤੈਨੂੰ ਦਿੱਤਾ ਉਹਦੇ ਲਈ ਸ਼ੁਕਰਾਨਾ ਕਰਨਾ ਸਿੱਖ ਜਾ ਤੇਰੇ ਕਰ ਬਰਕਤਾਂ 10 ਗੁਣਾ ਤੋਂ ਕਈ ਗੁਣਾ ਵੱਧ ਜਾਣਗੇ ਜੋ ਸ਼ੁਕਰਾਨਾ ਕਰਦਾ ਹੈ ਉਦੇ ਕਰ ਹਰੇਕ ਚੀਜ਼ ਦੀ ਬਰਕਤ ਹੁੰਦੀ ਹੁਣ ਗੱਲ ਕਰਦੇ ਆਂ ਵੀ ਸਵੇਰੇ ਕਿਹੜੀ ਚੀਜ਼ ਖਾਣ ਦੇ ਨਾਲ ਘਰ ਹਰ ਪਾਸੇ ਤੋਂ ਬਰਕਤ ਆਉਂਦੀ ਕੁਝ ਧਰਮਾਂ ਤੇ ਗ੍ਰੰਥਾਂ ਵਿੱਚ ਮੰਨਿਆ ਜਾਂਦਾ ਕਿ ਜੋ ਅੰਮ੍ਰਿਤ ਵੇਲੇ ਉੱਠ ਇਹ ਚੀਜ਼ ਖਾਏ ਉਸ ਮਨੁੱਖ ਦੀ ਗਰੀਬੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਜੋ ਵੀ ਅੰਮ੍ਰਿਤ ਵੇਲੇ ਇਹ ਚੀਜ਼ ਖਾ ਲੈਂਦਾ ਉਹਦੇ ਕਰ ਮਾਇਆ ਬਰਕਤ ਬੜੀ ਜਲਦੀ ਆ ਕੇ ਵਾਸ ਕਰ ਜਾਂਦੀ ਉਹ ਹਮੇਸ਼ਾ ਖੁਸ਼ੀਆਂ ਪ੍ਰਾਪਤ ਕਰਦਾ ਅੰਮ੍ਰਿਤ ਵੇਲੇ ਨੂੰ ਆਪਾਂ ਸਭ ਸੰਪੂਰਨ ਧਨ ਤੇ ਸੁਖ ਮੰਦੇ ਮੰਨ ਲਵੋ ਜੇ ਆਪਣੀ ਕਿਸਮਤ ਵਿੱਚ ਹਨੇਰਾ ਹੋ ਗਿਆ ਤਾਂ ਉਸ ਲਈ ਆਪਾਂ ਕੀ ਕਰਾਂਗੇ ਕੁਝ ਗ੍ਰੰਥਾਂ ਦਾ ਇਹ ਮੰਨਣਾ ਹੈ ਕਿ ਕਾਮਯਾਬ ਸਵੇਰ ਜੀਵਨ ਲਈ ਸਵੇਰ ਦਾ ਮੁੱਖ ਹੈ ਜੇ ਮਿਲ ਜਾਵੇ ਤਾਂ ਸਭ ਕਿਰਪਾ ਹਾਸਲ ਕਰ ਲੈਣੀ ਇਸ ਲਈ ਸਵੇਰ ਦੀ ਸ਼ੁਰੂਆਤ ਨੂੰ ਪਹਿਲ ਦਿੱਤੀ ਜਾਂਦੀ ਇਸ ਲਈ ਹਰ ਕੰਮ ਨੂੰ ਕਿਹਾ ਜਾਂਦਾ ਹੈ ਅੰਮ੍ਰਿਤ ਵੇਲੇ ਕਰੋ ਜੋ ਮਨੁੱਖ ਸੂਰਜ ਚੜਨ ਤੋਂ ਪਹਿਲਾਂ ਇਹ ਚੀਜ਼ ਖਾ ਲੈਣ ਤੇ ਉਸ ਦੇ ਕਰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਇਹ ਆਪਣੇ ਸਿਆਣੇ ਵੱਡੇ-ਵਡੇਰੇ ਹਰ ਥਾਂ ਆਪਾਂ ਨੂੰ ਕਹਿੰਦੇ ਐਵੇਂ ਦੇ ਮਨੁੱਖ ਦਾ ਕਰ ਸੁਖ ਸ਼ਾਂਤੀ ਸੰਪਤੀ ਤੇ ਬਰਕਤ ਨਾਲ ਭਰਿਆ ਰਹਿੰਦਾ ਤੇ ਮਿਹਰ ਦਾ ਫਲ ਪ੍ਰਾਪਤ ਹੁੰਦਾ ਆਪਣੇ ਸਿਆਣੇ ਕੁਝ ਚੀਜ਼ਾਂ ਆਪਾਂ ਨੂੰ ਬੜੇ ਤਰੀਕੇ ਨਾਲ ਦੇ ਕੇ ਗਏ ਨੇ ਕਿ ਜੇ ਕਰ ਲੋਗੇ ਤਾਂ ਹਰ ਪੱਖ ਤੋਂ ਸੰਪੰਨ ਰੋਗ ਹੁਣ ਉਹ ਆਪਣੇ ਤੇ ਨਿਰਭਰ ਕਰਦਾ ਹੈ ਵੀ ਆਪਾਂ ਉਹ ਮੇ ਕਰਨਾ ਹੈ ਯਾਨੀ ਵੀ ਸੁਖ ਮੰਨਣਾ ਹੈ ਇਹੀ ਮੰਨ ਤੇ ਨਾਲ ਕੁਝ ਨਿੱਕੇ ਨਿੱਕੇ ਕੰਮ ਵੀ ਕਰਨੇ ਚਾਹੀਦੇ ਨੇ ਜਿਵੇਂ ਉਠਣਸਾਰ ਪਰਮਾਤਮਾ ਦਾ ਸ਼ੁਕਰਾਨਾ ਜੋ ਵੀ ਕਰਦਾ ਉਹਦੇ ਕਰੋ ਗਰੀਬੀ ਦੂਰ ਹੋ ਜਾਂਦੀ ਇਸ ਦੇ ਨਾਲ ਸਕਾਰਾਤਮਕ ਤਾਕਤ ਦਾ ਵਾਸਾ ਬਣਿਆ ਰਹਿੰਦਾ ਐਵੇਂ ਦਮਨੁਖ ਹਮੇਸ਼ਾ ਵੱਡੀ ਜਿੱਤ ਹਾਸਿਲ ਕਰਦਾ ਇਸ ਨਾਲ ਮਨ ਅੰਦਰ ਐਨੀ ਤਾਕਤ ਆਉਂਦੀ ਜੋ ਕੰਮ ਨਹੀਂ ਵੀ ਬਣਦਾ ਨਾ ਉਹ ਵੀ ਬਣਨਾ ਆਰੰਭ ਹੋ ਜਾਂਦਾ ਕਿਉਂਕਿ ਸ਼ੁਕਰਾਨੇ ਵਿੱਚ ਪਰਮਾਤਮਾ ਨੂੰ ਕੀਤੇ ਸ਼ੁਕਰਾਨੇ ਵਿੱਚ ਐਨੀ ਤਾਕਤ ਹੈ ਜੋ ਕੰਮ ਸ਼ੁਰੂ ਕਰੋਗੇ ਉਨੇ ਪ੍ਰੇ ਜਰੂਰ ਚੜੇਗਾ ਫਿਰ ਗੱਲ ਆਉਂਦੀ ਹੈ ਜਦੋਂ ਇਸ਼ਨਾਨ ਕਰੋ ਤਾਂ ਨਾਲ ਮੂਲ ਮੰਤਰ ਦਾ ਜਾਪ ਜ਼ਰੂਰ ਕਰੋ ਜਦੋਂ ਆਪਾਂ ਐਵੇਂ ਕਰਾਂਗੇ ਜੋ ਮਨ ਦੀ ਮੈਲ ਹੈ ਉਹ ਵੀ ਨਾਲ-ਨਾਲ ਉਤਰਨੀ ਸ਼ੁਰੂ ਹੋ ਜਾਵੇਗੀ ਤੇ ਮਨ ਨਿਰਮਲ ਹੋਵੇਗਾ ਤੇ ਨਿਰਮਲ ਮਨ ਹਮੇਸ਼ਾ ਚੰਗੇ ਕਰਮ ਕਰਦਾ ਤੇ ਚੰਗੇ ਕਰਮ ਹੀ ਮਨੁੱਖ ਦੇ ਭਾਗ ਬਦਲਦੇ ਤੇ ਮੂਲ ਮੰਤਰ ਵਿੱਚ ਇੰਨੀ ਤਾਕਤ ਹੈ ਕਿ ਉਹ ਮਨੁੱਖ ਦੀ ਇੰਨੀ ਅਕਾਗਰਤਾ ਵੱਜ ਜਾਂਦੀ ਹੈ ਕਿ ਹਰੇਕ ਫੈਸਲੇ ਨੂੰ ਸਹੀ ਤੇ ਸਟੀਕ ਢੰਗ ਨਾਲ ਲੈਂਦਾ ਹੈ ਜਿਸ ਦਿਨਾਂ ਮਨੁੱਖ ਦਾ ਜੀਵਨ ਪੱਧਰ ਉੱਚਾ ਹੁੰਦਾ ਪੁਰਾਤਨ ਗੰਤ ਗ੍ਰੰਥ ਤੇ ਆਪਣੇ ਸਿਆਣੇ ਲੋਕ ਨਾ ਆਪਾਂ ਨੂੰ ਕਿਹਾ ਕਰਦੇ ਸੀ ਵੀ ਜਦੋਂ ਉਠੋ ਨਾ ਸਵੇਰੇ ਪਹਿਲਾਂ ਕਿ ਲੋਕ ਧਾਤਨ ਕਰਿਆ ਕਰਦੇ ਸੀ ਧਾਤਨ ਕਰਨ ਤੋਂ ਬਾਅਦ ਪ੍ਰਮਾਤਮਾ ਦਾ ਨਾਮ ਲੈ ਕੇ ਉਸ ਤੋਂ ਬਾਅਦ ਦਹੀਂ ਜ਼ਰੂਰ ਖਾਇਆ ਕਰੋ ਮਨੁੱਖ ਇਹਦੇ ਨਾਲ ਸਿਹਤ ਆਪ ਰਹਿੰਦਾ ਸਰੀਰ ਨੂੰ ਕੋਈ ਦੁੱਖ ਨਹੀਂ ਰਹਿੰਦਾ ਉੱਥੇ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਕਿਸ ਵੇਰੇ ਉਟਕੇ ਜਦੋਂ ਤੁਸੀਂ ਦਹੀਂ ਖਾਂਦਿਓ ਤੇ ਤੁਹਾਡੇ ਤੁਹਾਨੂੰ ਕਦੀ ਵੀ ਕਿਸੇ ਡਾਕਟਰ ਦੇ ਕੋਲ ਜਾਣ ਦੀ ਲੋੜ ਨਹੀਂ ਪੈਂਦੀ। ਇਹ ਗੱਲ ਤੋਂ ਤਾਂ ਆਪਾਂ ਹੁਣ ਸਾਰੇ ਜਾਣੂ ਹੋ ਗਏ ਆਂ ਕਿ ਆਪਣੇ ਵੱਡੇ-ਵਡੇਰਿਆਂ ਨੇ ਜੋ ਗੱਲਾਂ ਕਹੀਆਂ ਸਨ ਉਹ ਕਿਤੇ ਨਾ ਕਿਤੇ ਵਿਗਿਆਨ ਵਿੱਚ ਵੀ ਉਸ ਦੀ ਧਾਰਨਾ ਮਿਲਦੀ। ਜੋ ਵੱਡੇ ਆ ਕੇ ਗਏ ਸੀ ਉਹ ਧਨ ਬਰਕਤ ਸੰਪਦਾ ਨਾਲ ਜੋੜ ਕੇ ਗਏ ਸੀ ਤੇ ਵਿਗਿਆਨ ਉਸ ਗੱਲ ਨੂੰ ਸਿਹਤ ਨਾਲ ਜੋੜਦਾ ਦੋਨਾਂ ਦਾ ਭਾਵ ਇੱਕ ਹੀ ਹੈ ਜੇ ਆਪਣੇ ਕੋਲ ਸਿਹਤ ਹੈ ਤੇ ਉਸ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਤੇ ਜਿਸ ਕੋਲ ਸਿਹਤ ਹੈ ਉਹਦਾ ਕਦੀ ਵੀ ਕੋਈ 1 ਰੁਪਿਆ ਵੀ ਅਜਾਇਆ ਨਹੀਂ ਜਾਂਦਾ ਵਿਗਿਆਨ ਕਹਿੰਦਾ ਹੈ ਵੀ ਦਹੀਂ ਵਿੱਚ ਨਾ ਇੰਨਾ ਵੀਟਾਮਿਨ ਸੀ ਤੇ ਕੈਲਸ਼ੀਅਮ ਹੁੰਦਾ ਹੈ ਕਿ ਦਹੀਂ ਨਾ ਕਈ ਬਿਮਾਰੀਆਂ ਤੋਂ ਆਪਾਂ ਨੂੰ ਬਚਾ ਲੈਂਦਾ ਇਸ ਵਿੱਚ ਐਨੇ ਚੰਗੇ ਬੈਕਟੀਰੀਆ ਹੁੰਦੇ ਨੇ ਜੋ ਪਾਚਨ ਨੂੰ ਵਧੀਆ ਕਰਦੇ ਨੇ ਜਿਸ ਦਾ ਵੀ ਪੇਟ ਖਰਾਬ ਰਹਿੰਦਾ ਹੈ ਕਹਿੰਦੇ ਖਾਲੀ ਪੇਟ ਉਹਨੂੰ ਤਾਂ ਦਹੀਂ ਜ਼ਰੂਰ ਖਾਣਾ ਚਾਹੀਦਾ ਇਹ ਆਪਣੀ ਚਮੜੀ ਤੇ ਵਾਲਾਂ ਲਈ ਵਰਦਾਨ ਵਾਂਗ ਕੰਮ ਕਰਦਾ ਹੈ ਪਹਿਲੇ ਸਮਿਆਂ 'ਚ ਕਿਹੜਾ ਸ਼ੈਂਪੂ ਤੇ ਸਾਬਣ ਹੁੰਦੇ ਸੀ ਲੋਕ ਦਹੀਂ ਨਾਲ ਨਹਾਇਆ ਕਰਦੇ ਸੀ ਦਹੀਂ ਨਾਲ ਸਿਰ ਧੋਇਆ ਕਰਦੇ ਸੀ ਨਾ ਵਾਲ ਚਿੱਟੇ ਹੁੰਦੇ ਸੀ ਤੇ ਨਾ ਹੀ ਕੋਈ ਚਮੜੀ ਦੇ ਰੋਗ ਹੋਇਆ ਕਰਦੇ ਸੀ ਵਾਲਾਂ ਨੂੰ ਮਜ਼ਬੂਤੀ ਦਿੰਦੇ ਆ ਤੇ ਚਮੜੀ ਨੂੰ ਹਰ ਪ੍ਰਕਾਰ ਦੇ ਬੈਕਟੀਰੀਆ ਤੋਂ ਤੇ ਹਰ ਤਰ੍ਹਾਂ ਦੇ ਚਰਮ ਰੋਗ ਤੋਂ ਬਚਾ ਕੇ ਰੱਖਦਾ ਹੈ ਦਹੀਂ ਵਿੱਚ ਵਿਟਾਮਿਨ ਡੀ ਹੁੰਦਾ ਇਹ ਚ ਕੈਲਸ਼ੀਅਮ ਹੁੰਦਾ ਪ੍ਰੋਟੀਨ ਹੁੰਦਾ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਤੁਹਾਡੇ ਗੋਡੇ ਨਹੀਂ ਦੁਖਣ ਦਿੰਦਾ ਥਾਇਰੋਇਡ ਜਿੰਨਾ ਦਾ ਵਧਿਆ ਹੁੰਦਾ ਘਟਿਆ ਹੁੰਦਾ ਉਹਨੂੰ ਠੀਕ ਰੱਖਦਾ ਆਪਣੇ ਅੰਦਰ ਨੂੰ ਇੰਨਾ ਮਜ਼ਬੂਤ ਕਰ ਦਿੰਦਾ ਤਾਂ ਤਾਂ ਲੋਕਾਂ ਨੂੰ ਪਹਿਲਾਂ ਤਾਪ ਜਾਂ ਕੁਝ ਨਹੀਂ ਸੀ ਚੜਦਾ ਅੱਜ ਆਪਾਂ ਥੋੜਾ ਜਿਹਾ ਠੰਡ ਹੋ ਜੇ ਜੁਖਾਮ ਆ ਗਿਆ ਖਾਂਗ ਆ ਗਈ ਥੋੜੀ ਜਿਹੀ ਗਰਮੀ ਆ ਜੇ ਬੁਖਾਰ ਹੋ ਗਿਆ ਤਾਂ ਹੀ ਤਾਂ ਲੋਕ ਬਚੇ ਰਹਿੰਦੇ ਸੀ ਕਿਉਂਕਿ ਆਪਣੇ ਆਪ ਨੂੰ ਚੰਗਾ ਰੱਖਦੇ ਸੀ ਦਹੀਂ ਵਿੱਚ ਨਾ ਕਦੇ ਵੀ ਲੂਣ ਪਾ ਕੇ ਨਾ ਖਾਇਆ ਕਰੋ ਤੇ ਜਵਾਕਾਂ ਨੂੰ ਤੇ ਕਦੀ ਵੀ ਨਾ ਦਿਆ ਕਰੋ ਜਦੋਂ ਆਪਾਂ ਐਵੇਂ ਲੂਣ ਪਾ ਦਿੰਨੇ ਆ ਨਾ ਤੇ ਉਹ ਜ਼ਹਿਰ ਵਾਂਗ ਕੰਮ ਕਰਦਾ ਤੇ ਦਹੀਂ ਵਿੱਚ ਹਮੇਸ਼ਾ ਗੁੜ ਜਾਂ ਸ਼ੱਕਰ ਪਾ ਕੇ ਖਾਓ ਜਾਂ ਮਿਸ਼ਰੀ ਉਹ ਵੀ ਢਾਗੇ ਵਾਲੀ ਖਾ ਕੇ ਪਾਓ ਜਦੋਂ ਪਾ ਕੇ ਨਾ ਉਹ ਖਾਓ ਇਹਦੇ ਨਾਲ ਤੁਹਾਡੇ ਸਰੀਰ ਨੂੰ ਬਿਲਕੁਲ ਨਿਰੋਇਆ ਰੱਖੇਗਾ ਜੋ ਵੀ ਆਪਾਂ ਨੂੰ ਪੁਰਾਣੇ ਲੋਕ ਕੋਈ ਗੱਲ ਦੱਸਦੇ ਸੀ ਉਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਸੀ ਕਿਆ ਜਾਂਦਾ ਸੀ ਜੋ ਐਵੇਂ ਸਵੇਰੇ ਕਰ ਲੈਂਦਾ ਸਮਝੋ ਉਹਦੇ ਘਰ ਧਨ ਅੰਨ ਸਾਰਾ ਕੁਝ ਰਹੇਗਾ ਕਿਉਂਕਿ ਐਵੇਂ ਦਾ ਮਨੁੱਖ ਹਮੇਸ਼ਾ ਜਦੋਂ ਸਿਹਤਯਾਬ ਰਹੇਗਾ ਤੇ ਉਦਮ ਕਰੇਗਾ ਤੇ ਮਿਹਨਤ ਕਰੇਗਾ ਤੇ ਉਹਦੇ ਘਰ ਹਰ ਸੁੱਖ ਸਹੂਲਤ ਆਵੇਗੀ ਇਹ ਚੀਜ਼ਾਂ ਛੋਟੀਆਂ-ਛੋਟੀਆਂ ਲੱਗਦੀਆਂ ਨੇ ਇੱਕ ਮਹੀਨਾ ਆਪਣੇ ਘਰ ਅਜਾ ਮਾ ਕੇ ਵੇਖ ਲਓ ਤੁਹਾਡੇ ਘਰ ਦੁੱਖ ਰੋਗ ਕੋਹਾਂ ਦੂਰ ਹੋ ਜਾਣਗੇ ਤੁਹਾਡੇ ਘਰ ਦਿਲਿੱਦਰ ਤੱਕ ਕਿਤੇ ਵਾਸਾ ਨਹੀਂ ਹੋਏਗਾ ਤੁਸੀਂ ਉਦਮ ਕਰਕੇ ਉੱਡੂ-ਉੱਡੂ ਕਰਕੇ ਹਰੇਕ ਕੰਮ ਨੂੰ ਕਰੋਗੇ ਤੇ ਪਰਮਾਤਮਾ ਦਾ ਜਿੱਥੇ ਨਾਮ ਹੀ ਨਾਲ ਆ ਗਿਆ ਉਹ ਕਰ ਬਰਕਤ ਆਉਣੀ ਹੀ ਆਉਣੀ। ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ? ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੀ। ਕਮੈਂਟ ਬਾਕਸ ਵਿੱਚ ਆ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਫਿਰ ਸੰਗਤ ਜੀ ਜਿੰਤਾ ਪਲਾਟੋਂ ਦਿਓ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ। ਫਿਰ ਆਓ ਪਤੀ ਦੀ ਸਾਂਝ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤਿ